सत श्री अकाल जी, तुहाडा सारिआं दा साडे चैनल दे उत्ते रॉयल कोर्स दे उत्ते स्वागत है। अज मैं तुहाडे लई एक स्पैशल रैसपी लैके आई हाँ जिहड़ी कि शाही पनीर की रैसपी है। बहुत ही ईजीली बन जाती है, तो इहनूं बनाउणा शुरू करदे हाँ। इहनूं बनाउण दे लई सब तो पहले असीं कढ़ाई दे विच दो चम्मच तेल पावांगे, रिफाइंड ऑयल लिया असीं इत्थे, ते दो चम्मच असीं इहदे विच देसी घिओ पा देंगे या सिंपल घिओ भी पा सकते हैं। फिर असीं तीन चार हरियां इलायचियां ते काली इलायचियां पा देवांगे। फिर नाल ही असीं इहदे विच दालचीनी दे दो टुकड़े पावांगे, ते चार पंज इहदे लौंग पा देंगे, ते तेज पत्ता दा एक पत्ता पा देवांगे। इहदे विच इहनूं थोड़ी देर करांगे रोस्ट। उस तों बाद असीं एक चम्मच इहदे विच जीरा पा देवांगे। जद तक जीरा चटक जावे, फिर उसके बाद असीं इहदे विच तीन चार कट्टे हुए प्याज, एक बटे चार हिस्से दे कट्टे हुए प्याजां नूं असीं इहदे विच पा देवांगे। प्याज नूं सिर्फ असीं चार हिस्सें च कट्टणा, उहनूं पा के असीं इहनूं हल्का जिहा रोस्ट करांगे। जदों इह वक्खरे वक्खरे इहनां दे सारे छिल्लड़ हो जाणगे, इस तरीके नाल जदों दिखाई देण लग जावे, फिर असीं इहदे विच बाकी चीज़ां पावांगे। एक कप विच असीं साइड विच एक दही लवांगे, इहदे विच धनिया पत्ता हल्दी आधा चम्मच पावांगे, लाल मिर्च पा देवांगे उहदे उपर। फिर असीं इन्हां चीज़ां नूं चंगी तरह मिक्स करांगे, इहदे नाल कि साडी ग्रेवी बड़ी वधिया बनेगी। चीज़ां मिक्स करन तों बाद असीं इहनूं विच दही दे मिक्सचर नूं अपने प्याजां विच पा देवांगे, ते 1-2 मिंट लई इहनूं पका लवांगे। हुण इहदे विच पावांगे एक चम्मच देगी मिर्च दा। मिर्च तुसीं घटा जां वधा भी सकदे हो। 3-4 मीडियम साइज़ दे टमाटर कट के इहदे विच पा देवांगे, थोड़े वड्डे साइज़ दे कटांगे, ते चंगी तरह 1.5 कप पानी पा के असीं इहनां नूं पकावांगे थोड़ी देर, जद कि इह चंगी तरह बॉयल ना हो जाण, साडे जिहड़े प्याज पक ना जाण। 10 मिनट इहनूं कवर करके असीं बना लाँगे, विच विच असीं 2-3 मिनट तक इहनूं चैक कर लाँगे। जदों विच विच इह पानी उबलना शुरू हो जावे, ग्रेवी पकनी शुरू हो गई, 9-10 काजू पा देवांगे, ते टमाटर जदों सारे थोड़े जिहे मैश जिहे हो जाण, तां असीं इहनां नूं गैस जिहड़ा आ ऑफ कर देणा, ਅਤੇ ਸਾਰੀਆਂ ਚੀਜ਼ਾਂ ਨੂੰ ਅਸੀਂ ਬਲੈਂਡਰ ਦੇ ਵਿੱਚ ਲੈਣਾ ਹੈ। ਗੈਸ ਔਫ ਕਰਨ ਤੋਂ ਬਾਅਦ ਬਲੈਂਡਰ ਲਵਾਂਗੇ, ਮਿਕਸਰ ਜਾਰ ਦੇ ਵਿੱਚ ਸਾਰਾ ਮਿਕਸਚਰ ਪਾ ਕੇ ਅਸੀਂ ਇਹਦੀ ਪੇਸਟ ਬਣਾਉਣੀ ਹੈ। ਸਾਰਾ ਮਿਕਸਚਰ ਪਾ ਦੇਵਾਂਗੇ, ਜਿਹਦੇ ਨਾਲ ਸਾਡੀ ਗ੍ਰੇਵੀ ਬਹੁਤ ਗਾੜੀ ਬਣੇਗੀ। ਅਤੇ ਹੁਣ ਜਿਹੜਾ ਮਿਕਸਚਰ ਸੀਗਾ ਉਹਨੂੰ ਸਟਰੇਨ ਕਰ ਲਾਂਗੇ, ਤਾਂ ਕਿ ਵਿੱਚ ਕੋਈ ਵੀ ਲੰਪਸ ਵਗੈਰਾ ਨਾ ਰਹਿ ਜਾਵੇ, ਕੋਈ ਟਮਾਟਰ ਨਾ ਰਹਿ ਜਾਵੇ, ਸਾਡੀ ਗ੍ਰੇਵੀ ਇੱਕੋ ਸਾਰ ਬਣੇਗੀ। ਇਸ ਲਈ ਅਸੀਂ ਇਹਨੂੰ ਛਾਣ ਲਵਾਂਗੇ ਚੰਗੀ ਤਰ੍ਹਾਂ, ਇਸ ਤਰੀਕੇ ਨਾਲ ਅਸੀਂ ਇਹਨੂੰ ਛਾਣ ਲਵਾਂਗੇ। ਬਹੁਤ ਹੀ ਯੰਮੀ ਰੈਸਪੀ ਹੈ, ਇੱਕ ਵਾਰ ਤੁਸੀਂ ਫਰੈਂਡਸ ਜ਼ਰੂਰ ਬਣਾ ਕੇ ਦੇਖਿਓ। ਅਸੀਂ ਜਿਹੜਾ ਸਾਰਾ ਉੱਪਰ ਵਾਲਾ ਗਾੜਾ ਮਟੀਰੀਅਲ ਉੱਪਰ ਰਹੇਗਾ, ਅਤੇ ਸਾਰਾ ਹੌਲੀ ਹੌਲੀ ਕਰਕੇ ਜਦੋਂ ਇੱਕੋ ਸਾਰ ਸਾਰੀ ਸਾਡੀ ਪਿਓਰੀ ਤਿਆਰ ਹੋ ਜਾਏਗੀ। ਹੁਣ ਦੂਜੇ ਪਾਸੇ ਫਿਰ ਅਸੀਂ ਕੜਾਈ ਦੇ ਵਿੱਚ 2 ਚਮਚ ਘਿਓ ਅਤੇ ਖੰਡ 1 ਚਮਚ ਲੈ ਕੇ, ਜਿਹਦੇ ਨਾਲ ਇਹਦਾ ਟੇਸਟ ਬਹੁਤ ਵੱਧ ਜਾਵੇਗਾ। ਫਿਰ ਇਹਦੇ 'ਚ ਦੇਗੀ ਮਿਰਚ ਪਾਵਾਂਗੇ, 1/2 ਚਮਚ ਅਸੀਂ ਦੇਗੀ ਮਿਰਚ ਪਾਈ ਹੈ। ਇਹਨੂੰ ਅਸੀਂ ਕਰਾਂਗੇ ਮਿਕਸਚਰ। ਜਿਹੜਾ ਸਾਡਾ ਮਿਕਸਚਰ ਸੀਗਾ ਸਟਰੇਨ ਕੀਤਾ ਹੋਇਆ ਸੀ, ਸਾਰਾ ਇਹਦੇ ਵਿੱਚ ਪਾ ਦੇਵਾਂਗੇ। ਦੇਗੀ ਮਿਰਚ ਨਾਲ ਸਾਡੇ ਗ੍ਰੇਵੀ ਦਾ ਕਲਰ ਦੇਖੋ ਕਿੰਨਾ ਸੋਹਣਾ ਹੈ। ਹੁਣ 4-5 ਮਿੰਟ ਤੱਕ ਅਸੀਂ ਚੰਗੀ ਤਰ੍ਹਾਂ ਕੁੱਕ ਕਰਾਂਗੇ, ਤਾਂ ਕਿ ਸਾਡੀ ਗ੍ਰੇਵੀ ਬਹੁਤ ਹੀ ਯੰਮੀ ਬਣ ਕੇ ਤਿਆਰ ਹੋਵੇ। ਅਤੇ ਇਹ ਤੋਂ ਬਾਅਦ ਜਿਹੜੇ ਸਾਡੇ ਚੰਕਸ ਸੀਗੇ ਪਨੀਰ ਚੰਕਸ, ਉਹ ਅਸੀਂ ਪਾਉਣੇ ਆ। ਉਹ ਤੋਂ ਪਹਿਲਾਂ ਅਸੀਂ ਥੋੜ੍ਹਾ ਜਿਹਾ ਇਹਦੇ ਵਿੱਚ ਨਮਕ ਪਾ ਲਵਾਂਗੇ, ਕਸੂਰੀ ਮੇਥੀ ਪਾਵਾਂਗੇ ਥੋੜ੍ਹੀ ਜਿਹੀ ਹੱਥ ਨਾਲ ਸਪ੍ਰਿੰਕਲ ਕਰਦੇ ਹੋਏ, ਤਾਂ ਕਿ ਇਹਦੀ ਖੁਸ਼ਬੂ ਫਰੈਗਰੈਂਸ ਬਹੁਤ ਜ਼ਿਆਦਾ ਵਧੀਆ ਆਵੇ। ਅਤੇ ਜਿਹੜੇ ਸਾਡੇ ਹੁਣ ਪਨੀਰ ਚੰਕਸ ਨੇ, 250 ਗ੍ਰਾਮ ਅਸੀਂ ਇੱਥੇ ਪਨੀਰ ਲਿਆ, ਉਹਨੂੰ ਪਾ ਦੇਵਾਂਗੇ ਅਤੇ ਇਹਨੂੰ ਕਰਾਂਗੇ ਮਿਕਸ। ਉਸ ਤੋਂ ਬਾਅਦ 2 ਮਿੰਟ ਬਾਅਦ ਅਸੀਂ 1/2 ਕੱਪ ਕਰੀਮ ਪਾਵਾਂਗੇ। ਕਰੀਮ ਇੱਥੇ ਫਰੈਸ਼ ਕਰੀਮ ਲਈ ਹੋਈ ਅਸੀਂ, ਉਹਨੂੰ ਪਾ ਕੇ ਕਰਾਂਗੇ ਮਿਕਸ, ਜਿਹਦੇ ਨਾਲ ਇਹਦਾ ਟੇਸਟ ਹੋਰ ਵੀ ਵੱਧ ਕੇ ਆਵੇਗਾ। ਗ੍ਰੇਵੀ ਦੀ ਲੁੱਕ ਹਾਲੇ ਬਹੁਤ ਵਧੀਆ ਲੱਗ ਰਹੀ ਹੈ, ਅਤੇ ਖਾਣ 'ਚ ਤਾਂ ਕੁਝ ਜ਼ਿਆਦਾ ਵਧੀਆ। ਬਾਹਰਲਾ ਪਨੀਰ ਤੁਸੀਂ ਖਾਣਾ ਹੀ ਭੁੱਲ ਜਾਓਗੇ, ਇੰਨਾ ਵਧੀਆ ਸ਼ਾਹੀ ਪਨੀਰ ਦੀ ਰੈਸਪੀ ਹੈ। ਦੇਖੋ ਜਿਹੜਾ ਗ੍ਰੇਵੀ ਕਿੰਨੀ ਵਧੀਆ ਲੱਗ ਰਹੀ, ਬਿਲਕੁਲ ਰਿਚ ਗ੍ਰੇਵੀ ਹੈ। ਹੁਣ ਅਸੀਂ ਇਹਨੂੰ ਸਰਵਿੰਗ ਬਾਉਲ ਵਿੱਚ ਕੱਢ ਕੇ ਉੱਪਰ ਥੋੜ੍ਹਾ ਜਿਹਾ ਪਨੀਰ ਕਰੀਮ ਅਤੇ ਕੋਰੀਐਂਡਰ ਸਪ੍ਰਿੰਕਲ ਕੀਤਾ ਹੈ। ਸਾਡੀ ਸ਼ਾਹੀ ਪਨੀਰ ਦੀ ਰੈਸਪੀ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕ। ਤੁਸੀਂ ਫਰੈਂਡਸ ਇਹਨੂੰ ਸ਼ਾਹੀ ਪਨੀਰ ਨੂੰ ਜਿੰਨਾ ਮਰਜ਼ੀ ਪਰੌਂਠਿਆਂ ਨਾਲ, ਚਪਾਤੀਆਂ ਨਾਲ, ਨਾਨ ਦੇ ਨਾਲ ਜਿੰਨਾ ਮਰਜ਼ੀ ਖਾਓਗੇ, ਬਹੁਤ ਹੀ ਜ਼ਿਆਦਾ ਸਬਜ਼ੀ ਸਵਾਦ ਲੱਗਦੀ ਹੈ। ਜੇ ਤੁਹਾਨੂੰ ਸਾਡੀ ਰੈਸਪੀ ਚੰਗੀ ਲੱਗੀ ਹੋਈ, ਇੱਕ ਵਾਰ ਜ਼ਰੂਰ ਟਰਾਈ ਕਰੋ। ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ। ਜੇ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਸ਼ੇਅਰ ਕਰੋ। ਥੈਂਕ ਯੂ।